ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ, ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਖਾਧੀ ਗਈ ਸਹੁੰ ਨੂੰ ਨਾ ਪੂਰਾ ਕਰਨ ਦੇ ਵਿਰੋਧ ਵਿੱਚ ਹਲਕਾ ਆਤਮ ਨਗਰ ਅਤੇ ਦੱਖਣੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕਰਦੇ ਹੋਏ, ਜਿੱਥੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ, ਉੱਥੇ ਸਰਕਾਰ ਨੂੰ ਭੰਗ ਕਰਨ ਦੀ ਗੱਲ ਵੀ ਆਖੀ ਗਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਹੀਰਾ ਸਿੰਘ ਗਾਬੜੀਆ, ਹਲਕਾ ਆਤਮ ਨਗਰ ਦੇ ਇੰਚਾਰਜ ਗੁਰਮੀਤ ਸਿੰਘ ਕੁਲਾਰ, ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਨਿਰਮਲ ਸਿੰਘ SS ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਹਰ ਪੱਖੋਂ ਫੇਲ ਹੋ ਚੁੱਕੀ ਹੈ। ਘਰ ਘਰ ਨੌਕਰੀ, ਸ਼ਗਨ ਸਕੀਮ, 51,000 ਰੁਪਏ, ਨੌਜਵਾਨਾਂ ਨੂੰ ਸਮਾਰਟਫੋਨ, ਵਿਧਵਾ ਅਤੇ ਬੁਢਾਪਾ ਪੈਨਸ਼ਨ 2,500 ਰੁਪਏ, ਜਾਂ ਗੱਲ ਕਰੀਏ ਕਿਸਾਨਾਂ ਦੇ ਕਰਜ਼ੇ ਵਰਗੀਆਂ ਹੋਰ ਕਈ ਲਾਭਪਾਤਰੀ ਸਕੀਮਾਂ ਦਾ ਲਾਭ ਲੋਕਾਂ ਨੂੰ ਨਾ ਪੱਖੀ ਮਿਲਣ ਕਰਕੇ ਅੱਜ ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਹਨ। ਗੁਰਚਰਨ ਸਿੰਘ ਗੁਰੂ, ਜਗਦੇਵ ਸਿੰਘ ਗੋਲਬੜੀਆ, ਕੁਲਦੀਪ ਸਿੰਘ ਲੋਹਾਰਾ, ਨੰਬਰਦਾਰ ਮਨਜੀਤ ਸਿੰਘ ਸ਼ਿਮਲਾਪੁਰੀ ਨੇ ਵੀ ਗਵਰਨਰ ਪੰਜਾਬ ਤੋਂ ਮੰਗ ਕੀਤੀ ਕਿ ਮੌਜੂਦਾ ਕਾਂਗਰਸ ਸਰਕਾਰ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਭੰਗ ਕਰਕੇ ਦੁਬਾਰਾ ਪੰਜਾਬ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ। ਅੱਜ ਦੇ ਦਿਨ ਸਹੁੰ ਚੁੱਕੀ ਸੀ ਕੈਪਟਨ ਅਮਰਿੰਦਰ ਸਿੰਘ ਨੇ, ਕਾਂਗਰਸ ਦਾ ਰਾਜ ਆਇਆ ਸੀਗਾ। ਇਸ ਤੋਂ ਪਹਿਲਾਂ ਕਾਂਗਰਸ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦਾ ਗੁਟਕਾ ਹੱਥ ਵਿੱਚ ਫੜ ਕੇ ਸਹੁੰ ਖਾਧੀ ਸੀ ਕਿ ਮੈਂ ਪੰਜਾਬ ਦੇ 'ਚੋਂ ਨਸ਼ਾ ਖਤਮ ਕਰ ਦੂੰਗਾ। 4 ਹਫ਼ਤਿਆਂ ਦੇ ਵਿੱਚ ਨਾਲ ਸਹੁੰ ਖਾਧੀ ਸੀ ਮੈਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੂੰਗਾ। ਨਾਲ ਹੀ ਸਹੁੰ ਖਾਧੀ ਸੀ ਕਿ ਮੈਂ ਸਗਨ ਸਕੀਮ ਜਿਹੜੀ 51,000 ਕਰ ਦੂੰ 15,000 ਤੋਂ, ਜਿਹੜਾ 500 ਤੋਂ 2,500 ਰੁਪਈਆ ਪੈਨਸ਼ਨ ਕਰ ਦੂੰਗਾ। ਨੌਜਵਾਨਾਂ ਨੂੰ ਸਮਾਰਟ ਸਮੂਲ ਦਿੱਤੇ ਜਾਣਗੇ, ਬਿਜਲੀ ਦੇ ਬਿੱਲ ਅੱਧੇ ਕਰ ਦਿੱਤੇ ਜਾਣਗੇ, ਲੋਕਾਂ ਨੂੰ ਰਾਸ਼ਨ ਜਿਹੜਾ ਉਹ ਨਾਲ ਘਿਓ ਦਿੱਤਾ ਜਾਊਗਾ, ਚਾਹ ਪੱਤੀ ਦਿੱਤੀ ਜਾਊਗੀ। ਸਾਰੇ ਹੀ ਵਾਅਦਿਆਂ ਤੋਂ ਮੁੱਕਰ ਗਏ ਆ। ਅੱਜ ਜਨਤਾ ਦੁਖੀ ਆ, ਜਨਤਾ ਬਹੁਤ ਦੁਖੀ। ਅੱਜ ਦੇ ਦਿਨ ਸਹੁੰ ਖਾਧੀ ਸੀ, ਅਸੀਂ ਗਵਰਨਰ ਸਾਹਿਬ ਨੂੰ ਲਿਖ ਰਹੇ ਹਾਂ ਕਿ ਇਹਨੇ ਵਾਅਦੇ ਝੂਠੇ ਕੀਤੇ ਸੀ, ਇਹ ਝੂਠਿਆਂ ਦਾ ਪਲੰਦਾ ਸੀ, ਝੂਠੀ ਸਰਕਾਰ ਆ, ਧੋਖਾ ਧੋਖੇ ਦੇਣ ਵਾਲੀ ਸਰਕਾਰ ਆ, ਇਹਨਾਂ ਫੌਰੀ ਤੌਰ 'ਤੇ ਡਿਸਮਿਸ ਕੀਤਾ ਜਾਵੇ, ਇੱਥੇ ਗਵਰਨਿੰਗ ਰਾਜ ਕੀਤਾ ਜਾਵੇ। ਅੱਜ ਜਿਹੜਾ ਵਿਸ਼ਵਾਸਘਾਤ ਦਿਵਸ ਦੇ ਰੂਪ ਦੇ ਵਿੱਚ ਅੱਜ ਦੇ ਦਿਨ ਨੂੰ ਮਨਾਇਆ ਜਾ ਰਿਹਾ ਵਾ ਕਿ ਅੱਜ ਤੋਂ 2 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਉਹਨਾਂ ਨੇ ਜਿਹੜੇ ਵਾਅਦੇ ਕੀਤੇ, ਅਗਰ ਇੰਡਸਟਰੀ ਦੀ ਗੱਲ ਕਰੀਏ ਕਿ ਇੰਡਸਟਰੀ ਦੇ ਨਾਲ ਉਹਨਾਂ ਨੇ ਵਾਅਦਾ ਕੀਤਾ ਕਿ 5 ਰੁਪਏ ਯੂਨਿਟ ਬਿਜਲੀ ਦਿੱਤੀ ਜਾਊਗੀ, ਪਰ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦਾ ਕਿ ਕੱਲ੍ਹ ਬਿੱਲ ਆਇਆ ਜਿਹਦੇ 'ਚ 15 ਰੁਪਏ 90 ਪੈਸੇ ਯੂਨਿਟ ਦੇ ਰੇਟ ਦੇ ਨਾਲ ਸਾਨੂੰ ਬਿੱਲ ਮਿਲਿਆ, ਜਿਹੜੀ ਛੋਟੀ ਇੰਡਸਟਰੀ ਪੰਜਾਬ ਦੇ ਵਿੱਚ ਤਬਾਹ ਕਰ ਦਿੱਤੀ ਗਈ ਆ ਕਿ 16-16 ਰੁਪਏ ਬਿਜਲੀ ਜਿਹੜੀ ਪਰ ਯੂਨਿਟ, ਜਿਹੜੀ ਕਦੇ ਪੰਜਾਬ 'ਚ ਜਨਰੇਟਰ ਦੇ ਉੱਤੇ ਵੀ ਇੰਨੀ ਕੋਸਟ ਨਹੀਂ ਪਈ ਸੀਗੀ। ਅਤੇ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਦੇ ਵੱਲ ਧਿਆਨ ਦਿੱਤਾ ਜਾਵੇ। ਜਿਹੜੀ ਛੋਟੀ ਇੰਡਸਟਰੀ ਆ ਉਹ ਜਿੱਥੇ ਪੰਜਾਬ ਦੀ ਇਕੋਨਮੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੀ ਆ, ਉੱਥੇ ਬਹੁਤ ਵੱਡੀ ਇੰਪਲਾਇਮੈਂਟ ਜਿਹੜੀ ਆ ਇੰਪਲਾਇਮੈਂਟ ਦਿੱਤੀ ਹੋਈ ਆ ਉਸ ਇੰਡਸਟਰੀ ਨੇ। ਅਤੇ ਅਸੀਂ ਇਹ ਗੱਲ ਕਰਦੇ ਹਾਂ ਕਿ ਫੌਰੀ ਤੌਰ 'ਤੇ 5 ਰੁਪਏ ਨੈੱਟ ਬਿਜਲੀ ਜਿਹੜੀ ਆ ਉਹ ਪੰਜਾਬ ਦੀ ਇੰਡਸਟਰੀ ਨੂੰ ਦਿੱਤੀ ਜਾਵੇ। ਔਰ ਜਿਹੜੇ ਇਸ ਤੋਂ ਇਲਾਵਾ ਬੜੇ ਵਾਅਦੇ ਕੀਤੇ ਸੀਗੇ ਪੰਜਾਬ ਦੇ ਬਣੇ ਹੋਏ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਇੱਕ ਵੀ ਵਾਅਦਾ ਲੋਕਾਂ ਦੇ ਨਾਲ ਪੂਰਾ ਨਹੀਂ ਕੀਤਾ ਗਿਆ। ਅਤੇ ਅਸੀਂ ਅੱਜ ਮੰਗ ਪੱਤਰ ਦੇ ਰਹੇ ਹਾਂ ਕਿ ਜਾਂ ਤਾਂ ਇਹ ਵਾਅਦਿਆਂ ਨੂੰ ਪੂਰਾ ਕਰੋ, ਨਹੀਂ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਵੋ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।